ਲੁਧਿਆਣੇ ਦੇ ਵਿੱਚ ਸਿਆਸਤ ਜਿਹੜੀ ਆ ਉਹ ਅਲਹਿਦਾ ਪੱਧਰ ਦੇ ਉੱਤੇ ਭੱਖਦੀ ਪਈ ਹੈ। ਭੱਖਦੀ ਇਸ ਕਰਕੇ ਪਈ ਹੈ ਕਿਉਂਕਿ ਕਾਂਗਰਸ ਜਿੱਤ ਚੁੱਕੀ ਹੈ, ਪਰ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਉੱਥੋਂ ਦੇ ਹੈਗੇ ਨੇ ਉਹ ਕੁਝ ਨਾਰਾਜ਼ ਨਜ਼ਰ ਆ ਰਹੇ ਨੇ, ਉਹ ਕੁਝ ਹਤਾਸ਼ ਨਜ਼ਰ ਆ ਰਹੇ ਨੇ। ਗੱਲ ਕੀਤੀ ਜਾ ਰਹੀ ਹੈ ਭਾਰਤ ਭੂਸ਼ਣ ਆਸ਼ੂ ਦੀ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਭਾਰਤ ਭੂਸ਼ਣ ਆਸ਼ੂ ਚੋਣ ਮੈਦਾਨ 'ਚ ਉਤਾਰੇ ਜਾ ਸਕਦੇ ਆ। ਜਦੋਂ ਰਾਜਾ ਵੜਿੰਗ ਦੇ ਬਾਰੇ 'ਚ ਚਰਚਾ ਨਹੀਂ ਸੀ ਚੱਲੀ, ਉਦੋਂ ਚਰਚਾਵਾਂ ਇੱਥੋਂ ਤੱਕ ਚੱਲ ਪਈਆਂ ਸੀ ਕਿ ਰਵਨੀਤ ਬਿੱਟੂ ਦਾ ਸਾਹਮਣਾ ਉਹਨਾਂ ਦੇ ਕਰੀਬੀ ਮਿੱਤਰ ਦੇ ਨਾਲ ਹੋਵੇਗਾ, ਯਾਨੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਹੋਵੇਗਾ। ਇੱਥੋਂ ਤੱਕ ਗੱਲਾਂ ਚੱਲ ਪਈਆਂ ਸੀ ਕਿ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਲੋਕ ਸਭਾ ਹਲਕਾ ਤੋਂ ਉਮੀਦਵਾਰ ਚਿਹਰਾ ਹੋ ਸਕਦੇ ਨੇ, ਪਰ ਉਹਦੇ ਉੱਤੇ ਪਾਣੀ ਉਦੋਂ ਫਿਰ ਗਿਆ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ PPCC ਪ੍ਰਧਾਨ ਲੁਧਿਆਣੇ ਆ ਕੇ ਅਤੇ ਚੋਣ ਮੈਦਾਨ 'ਚ ਨਿੱਤਰ ਜਾਂਦੇ ਨੇ, ਜਦੋਂ ਹਾਈਕਮਾਂਡ ਵੱਲੋਂ ਫੈਸਲਾ ਸੁਣਾ ਦਿੱਤਾ ਜਾਂਦਾ ਕਿ ਰਾਜਾ ਵੜਿੰਗ ਹੋਣਗੇ ਲੁਧਿਆਣੇ ਹਲਕੇ ਦੇ ਉਮੀਦਵਾਰ। ਖੈਰ, ਚੋਣ ਲੜੀ ਜਾਂਦੀ ਹੈ, ਜਿੱਤੀ ਜਾਂਦੀ ਹੈ, ਰਾਜਾ ਵੜਿੰਗ ਜਿੱਤ ਜਾਂਦੇ ਨੇ, ਕਾਂਗਰਸ ਜਿਹੜੀ ਹੈ ਉਹ ਲੁਧਿਆਣੇ ਲੋਕ ਸਭਾ ਹਲਕੇ 'ਤੇ ਕਾਬਜ਼ ਹੋ ਜਾਂਦੀ ਹੈ। ਪਰ ਹੁਣ ਭਾਰਤ ਭੂਸ਼ਣ ਆਸ਼ੂ ਇਸ ਤੋਂ ਖਫਾ ਨਜ਼ਰ ਆ ਰਹੇ ਨੇ, ਹਾਲਾਂਕਿ ਉਹਨਾਂ ਨੇ ਕੋਈ ਜਨਤਕ ਬਿਆਨ ਜਾਰੀ ਨਹੀਂ ਕੀਤਾ ਜਾਂ ਉਹਨਾਂ ਦੇ ਵਤੀਰੇ ਤੋਂ ਐਂ ਤਾਂ ਨਹੀਂ ਪ੍ਰਤੀਤ ਹੁੰਦਾ ਕਿ ਭਾਰਤ ਭੂਸ਼ਣ ਆਸ਼ੂ ਨਾਰਾਜ਼ ਨੇ। ਪਰ ਇਲੈਕਸ਼ਨ ਕੈਂਪੇਨ ਵਿੱਚ ਭਾਰਤ ਭੂਸ਼ਣ ਆਸ਼ੂ ਪਹਿਲੀ ਗੱਲ ਤਾਂ ਨਜ਼ਰ ਘੱਟ ਹੀ ਆਏ ਨੇ, ਔਰ ਦੂਜੀ ਗੱਲ ਭਾਰਤ ਭੂਸ਼ਣ ਆਸ਼ੂ ਦਾ ਕੋਈ ਐਗਜ਼ੈਕਟ ਬਿਆਨ ਵੀ ਸਾਹਮਣੇ ਨਹੀਂ ਆਇਆ ਕਿ ਜੇ ਕਾਂਗਰਸ ਜਿੱਤੀ ਹੈ ਜਾਂ ਹਾਰੀ ਹੈ ਤਾਂ ਉਸਦੇ ਵਿੱਚ ਕੀ ਲਾਭ ਹੋ ਸਕਦਾ। ਪਰ ਭਾਰਤ ਭੂਸ਼ਣ ਆਸ਼ੂ ਦਾ 6 ਦਿਨ ਪਹਿਲਾਂ ਦਾ ਇੱਕ ਟਵੀਟ ਜ਼ਰੂਰ ਸਾਹਮਣੇ ਆਇਆ, ਉਹ ਟਵੀਟ ਜਿਹੜਾ ਹੈ ਉਹ ਕਿਤੇ ਨਾ ਕਿਤੇ ਸੁਨੇਹੇ ਦੇਣ ਲੱਗ ਗਿਆ ਹੈ ਕਿ ਹੁਣ ਐਮਰਜੈਂਸੀ ਅਲਰਟ ਕਾਂਗਰਸ ਵਾਸਤੇ ਜਾਰੀ ਹੈ, ਔਰ ਹੋ ਸਕਦਾ ਕਿ ਆਉਂਦੇ ਸਮੇਂ ਨੂੰ ਕਾਂਗਰਸ ਜਿਹੜੀ ਹੈ ਉਹ ਅੰਦਰੋਂ ਖਾਲੀ ਹੋਣ ਲੱਗ ਜਾਵੇ, ਜਿਵੇਂ ਸਿਉਂਕ ਅੰਦਰੋਂ ਖੋਖਲਾ ਕਰ ਦਿੰਦੀ ਹੈ ਲੱਕੜ ਨੂੰ, ਉਹ ਹਾਲ ਨਾ ਹੋ ਜਾਵੇ ਕਿਤੇ ਕਾਂਗਰਸ ਦਾ। ਹਾਲਾਂਕਿ ਜ਼ਰੂਰ ਉੱਤੋਂ ਲਸ਼ਕਦੇ ਸਨ ਮਾਇਕੇ ਵਾਂਗ ਕਾਂਗਰਸ ਜਿੱਤੀ ਪਈ ਹੈ ਲੁਧਿਆਣੇ ਤੋਂ, ਪਰ ਅੰਦਰ ਖਾਤੇ ਲੀਡਰਸ਼ਿਪ ਕਿਤੇ ਦਲ ਨਾ ਬਦਲ ਲਵੇ। ਦੱਸ ਦਈਏ ਕਿ ਭਾਰਤ ਭੂਸ਼ਣ ਆਸ਼ੂ ਰਵਨੀਤ ਸਿੰਘ ਬਿੱਟੂ ਦੇ ਖਾਸੇ ਕਰੀਬੀ ਦੱਸੇ ਜਾਂਦੇ ਰਹੇ ਨੇ, ਇਕੱਠਿਆਂ ਹੋ ਕੇ ਜਦ ਰਵਨੀਤ ਬਿੱਟੂ ਕਾਂਗਰਸ ਵਿੱਚ ਸਨ ਤਾਂ ਇਹਨਾਂ ਨੇ ਬੜੀਆਂ ਮੁਹਿੰਮਾਂ ਲੜੀਆਂ ਨੇ, ਬੜੀਆਂ ਥਾਵਾਂ 'ਤੇ ਜਾ ਕੇ ਧਰਨੇ ਦਿੱਤੇ ਨੇ, ਔਰ ਡਟ ਕੇ ਸਾਹਮਣਾ ਵੀ ਕੀਤਾ। ਉਹੀ ਭਾਰਤ ਭੂਸ਼ਣ ਆਸ਼ੂ ਹੁਣ ਕਾਂਗਰਸ 'ਚ ਰਹਿ ਗਏ ਨੇ, ਔਰ ਉਹਨਾਂ ਦੇ ਯਾਰ, ਉਹਨਾਂ ਦੇ ਮਿੱਤਰ, ਉਹਨਾਂ ਦੇ ਬੇਲੀ BJP 'ਚ ਜਾ ਕੇ ਅਤੇ ਉੱਥੇ ਮੰਤਰੀ ਲੱਗ ਗਏ, ਰਾਜ ਮੰਤਰੀ ਲੱਗ ਗਏ। ਖੈਰ, ਹੁਣ ਗੱਲ ਕੀਤੀ ਜਾਵੇ ਰਾਜਾ ਵੜਿੰਗ ਦੀ। ਰਾਜਾ ਵੜਿੰਗ ਵੀ ਉੱਥੇ ਜਿੱਤੇ ਹੋਏ ਨੇ, ਰਾਜਾ ਵੜਿੰਗ MP ਨੇ। ਪ੍ਰਤਾਮੀ ਭਾਰਤ ਭੂਸ਼ਣ ਆਸ਼ੂ ਦਾ ਜਿਹੜਾ ਟਵੀਟ ਹੈ ਉਹ ਕੁਝ ਡਿਸਟਰਬਿੰਗ ਨਜ਼ਰ ਆ ਰਿਹਾ, ਹਾਲਾਂਕਿ ਜ਼ਰੂਰ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਉਹਨਾਂ ਦੀ ਪਾਰਟੀ ਜਿੱਤੀ ਹੈ, ਪਰ ਉਹ ਕਿਤੇ ਨਾ ਕਿਤੇ ਨਾਰਾਜ਼ ਨਜ਼ਰ ਆ ਰਹੇ ਨੇ। ਸਭ ਤੋਂ ਪਹਿਲਾਂ ਉਹ ਟਵੀਟ ਪੜ੍ਹ ਕੇ ਸੁਣਾ ਦਿੰਦੇ ਹਾਂ, ਉਸ ਤੋਂ ਬਾਅਦ ਕੁਝ ਟਿੱਪਣੀ ਹੋਰ ਕਰਦੇ ਹਾਂ। ਭਾਰਤ ਭੂਸ਼ਣ ਆਸ਼ੂ ਦਾ ਇਹ ਟਵੀਟ ਹੈ ਜਿਸ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਬੜੇ ਸ਼ਾਇਰਾਨਾ ਅੰਦਾਜ਼ 4 ਸਤਰਾਂ ਲਿਖਦੇ ਨੇ, ਕਹਿੰਦੇ ਰਾਸਤੇ ਵੀ ਜ਼ਿੱਦੀ ਹੈ, ਮੰਜ਼ਿਲ ਵੀ ਜ਼ਿੱਦੀ ਹੈ, ਦੇਖਤੇ ਹੈ ਕੱਲ ਕਿਆ ਹੋਤਾ ਹੈ, ਹੌਸਲੇ ਵੀ ਜ਼ਿੱਦੀ ਹੈ। ਕਿਤੇ ਨਾ ਕਿਤੇ ਇਸ ਚਪਾਈ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਜਿਹੜੇ ਨੇ ਉਹ ਆਪਣਾ ਹਾਲ ਬਿਆਨ ਕਰ ਗਏ ਨੇ। ਵੈਸੇ ਤਾਂ ਉੱਪਰੋਂ ਉੱਪਰੋਂ ਪੜ੍ਹੀਏ ਤਾਂ ਬੜਾ ਮੋਟੀਵੇਸ਼ਨਲ ਸਪੀਚ ਨਜ਼ਰ ਆਉਂਦੀ ਹੈ, ਬੜਾ ਮੋਟੀਵੇਸ਼ਨਲ ਕੋਟ ਨਜ਼ਰ ਆਉਂਦਾ, ਪਰ ਜਦੋਂ ਅੰਦਰ ਉਤਰਿਆ ਜਾਵੇ ਇਹਨਾਂ ਸਤਰਾਂ ਦੇ ਤਾਂ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ ਕਿ ਭਾਰਤ ਭੂਸ਼ਣ ਆਸ਼ੂ ਇਸ ਵੇਲੇ ਗਵਾਚੇ ਹੋਏ ਨੇ, ਜਾਂ ਐਂ ਪ੍ਰਤੀਤ ਹੋ ਰਿਹਾ ਕਿ ਉਹਨਾਂ ਨੂੰ ਲੱਭ ਨਹੀਂ ਰਿਹਾ। ਉਹ ਕਹਿੰਦੇ ਕਿ ਰਾਸਤੇ ਵੀ ਜ਼ਿੱਦੀ ਨੇ ਅਤੇ ਮੰਜ਼ਿਲ ਵੀ ਜ਼ਿੱਦੀ ਹੈ। ਮੰਜ਼ਿਲ ਕੀ ਹੈ ਭਾਰਤ ਭੂਸ਼ਣ ਆਸ਼ੂ ਦੀ, ਮੰਜ਼ਿਲ ਕੀ ਸੀ ਭਾਰਤ ਭੂਸ਼ਣ ਆਸ਼ੂ ਦੀ, ਇਹ ਜਾਣਨਾ ਜ਼ਰੂਰੀ ਹੈ ਕਿ ਮੰਜ਼ਿਲ ਸੀ MP ਬਣਨਾ, ਕਿ ਮੰਜ਼ਿਲ ਸੀ ਚੋਣ ਲੜਨਾ, ਜਾਂ ਉਸ ਮੰਜ਼ਿਲ ਨੂੰ ਹਾਸਲ ਕਰਨ ਤੋਂ ਪਹਿਲਾਂ ਹੀ ਰੋਕ ਲੱਗ ਗਈ। ਜਿਹੜੇ ਰਾਹ ਜ਼ਿੱਦੀ ਦੱਸਦੇ ਨੇ ਭਾਰਤ ਭੂਸ਼ਣ ਆਸ਼ੂ, ਉਹ ਰਾਹ ਜਿਹੜੇ ਨੇ ਉਹ ਬੰਦ ਹੋ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਉਣ 'ਤੇ। ਕਿਤੇ ਇਹ ਚੀਜ਼ ਤਾਂ ਨਹੀਂ ਉਜਾਗਰ ਕਰ ਰਹੇ ਇਹਨਾਂ 4 ਸਤਰਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ, ਸਵਾਲ ਇਹ ਖੜਦਾ। ਪਰ ਅਜੇ ਵੀ ਭਵਿੱਖ ਨੂੰ ਲੈ ਕੇ ਉਹਨਾਂ ਨੇ ਹਾਰ ਨਹੀਂ ਮੰਨੀ, ਕਿਤੇ ਨਾ ਕਿਤੇ ਭਾਵੇਂ ਉਹ ਦੱਬੇ ਮਹਿਸੂਸ
ਹੋ ਰਹੇ ਨੇ ਇਹਨਾਂ ਸਤਰਾਂ ਦੇ ਵਿੱਚ, ਪਰ ਉਹਨਾਂ ਨੇ ਕਿਹਾ ਕਿ ਭਵਿੱਖ ਜਿਹੜਾ ਆ ਉਹ ਅਨਸਰਟਨ ਹੈਗਾ ਔਰ ਉਹ ਜੋ ਵੀ ਹੋਏਗਾ ਵੇਖੀ ਜਾਵੇਗੀ। ਬੜੇ ਹੀ ਮਸਤ ਜਿਹੇ ਮਾਹੌਲ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਆਪਣੇ ਆਪ ਨੂੰ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ, ਪਰ ਉਹਨਾਂ ਦੇ ਹਾਲ ਜਿਹੜੇ ਨੇ ਇਹਨਾਂ ਚਾਰ ਸਤਰਾਂ ਤੋਂ ਬਿਆਨ ਹੁੰਦੇ ਪਏ ਨੇ। ਹੁਣ ਗੱਲ ਇੱਥੇ ਖੜਦੀ ਆ ਕਿ ਅਗਲਾ ਪ੍ਰੋਗਰਾਮ ਕੀ ਹੋਵੇਗਾ। ਜਿਵੇਂ ਉਹਨਾਂ ਨੇ ਕਹਿ ਦਿੱਤਾ ਕਿ ਭਵਿੱਖ ਅਨਸਰਟਨ ਆ, ਭਵਿੱਖ ਵਿੱਚ ਕੀ ਹੋਵੇਗਾ ਵੇਖੀ ਜਾਵੇਗੀ, ਉਹਦੇ ਮੁਤਾਬਕ ਕੀ ਆਪਣੇ ਕਰੀਬੀ ਮਿੱਤਰ ਦੇ ਕੋਲ ਜਾਣ ਦੀ ਤਿਆਰੀ ਤਾਂ ਨਹੀਂ ਖਿੱਚੀ ਫਿਰਦੇ ਭਾਰਤ ਭੂਸ਼ਣ ਆਸ਼ੂ, ਕਿਤੇ ਕਾਂਗਰਸ ਨੂੰ ਛੱਡ ਕੇ ਅਤੇ ਭਾਜਪਾ ਦਾ ਪੱਲਾ ਫੜਨ ਨੂੰ ਤਿਆਰ ਤਾਂ ਨਹੀਂ ਬੈਠੇ ਭਾਰਤ ਭੂਸ਼ਣ ਆਸ਼ੂ, ਕਿਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਨੇ ਭਾਰਤ ਭੂਸ਼ਣ ਆਸ਼ੂ ਨੂੰ ਬਾਗੀ ਤਾਂ ਨਹੀਂ ਬਣਾ ਦਿੱਤਾ। ਸਵਾਲ ਇੱਥੇ ਖੜਦੇ ਨੇ, ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਦੱਸਦੇ ਰਹਾਂਗੇ, ਭਾਰਤ ਭੂਸ਼ਣ ਆਸ਼ੂ ਦਾ ਕੀ ਪ੍ਰੋਗਰਾਮ ਹੋਵੇਗਾ ਦੱਸਦੇ ਰਹਾਂਗੇ। ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।